ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਾਡੇ ਇਸ ਯੂਟਿਊਬ ਚੈਨਲ 'ਤੇ। ਪੰਜਾਬ ਪੁਲਿਸ ਕਾਂਸਟੇਬਲ ਦੀ ਜਿਹੜੀ ਆਂਸਰ ਕੀ ਦੀ ਸੀਗੀ ਅਤੇ ਕੁਐਸਚਨ ਪੇਪਰ ਸਾਰਿਆਂ ਦੇ ਕਾਫੀ ਮਤਲਬ ਵੇਟ ਕਰ ਰਹੀ ਸੀ ਉਹਦੀ ਕਦ ਤੱਕ ਆਊਗੀ। ਆ ਤੁਸੀਂ ਦੇਖ ਸਕਦੇ ਹੋ ਇੱਥੇ ਇਹਨਾਂ ਨੇ ਡੇਟਸ ਜਿਹੜੀ ਅੱਜ ਹੀ ਅਨਾਊਂਸ ਕੀਤੀਆਂ ਸੀਗੀਆਂ ਅਤੇ ਕੁਐਸਚਨ ਪੇਪਰ ਐਂਡ ਆਂਸਰ ਕੀ ਜਿਹੜੇ ਲਾਈਵ ਹੋਣਗੇ 29 9 2021 ਐਟ 11:55 PM, ਜਾਣੀ ਕਿ ਹੁਣ ਐਟ ਜਿਸ ਟਾਈਮ ਅਸੀਂ ਸ਼ੂਟ ਕਰ ਰਹੇ ਹਾਂ ਪੂਰੇ 11:55 'ਤੇ, ਅਤੇ ਜਾਣੀ 11:55 'ਤੇ ਪੂਰੇ ਲਾਈਵ ਹੋ ਗਈ ਸੀ। ਅਤੇ ਹੁਣ ਜਿਹੜੀ ਇਹ ਐਂਡ ਹੋਣ ਦੀ ਡੇਟ ਵੀ ਇਹਨਾਂ ਨੇ ਦੱਸੀ ਹੈ 30 ਤਰੀਕ ਹੈ, ਮਤਲਬ 24 ਘੰਟੇ ਦੇ ਵਿੱਚ ਐਂਡ ਹੋ ਜਾਣੀ ਹੈ। ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣਾ ਦੇਖ ਲਿਓ ਅਤੇ ਜਿਹੜੇ ਮਿਲਾ ਲਿਓ ਆਪਣੇ ਆਂਸਰ ਕੀ, ਹੈ ਨਾ। ਅਤੇ ਓਬਜੈਕਸ਼ਨ ਦੀ ਡੇਟਸ ਵੀ ਦੱਸਤੀ ਇਹਨਾਂ ਨੇ ਕਿ 29 ਤੋਂ ਸ਼ੁਰੂ ਹੋ ਕੇ 1 ਤਰੀਕ ਤੱਕ ਰਹੂਗੀ, ਠੀਕ ਹੈ ਨਾ। ਇਹ 48 ਘੰਟੇ ਤੱਕ ਦਾ ਟਾਈਮ ਹੈਗਾ। ਤਾਂ ਆਪਾਂ ਦੇਖ ਲੈਂਦੇ ਕਿ ਕਿੱਦਾਂ ਡਾਊਨਲੋਡ ਕਰਨੀ ਹੈ। ਕਈ ਵਾਰੀ ਕਿਸੇ ਬੱਚੇ ਨੂੰ ਪ੍ਰੋਬਲਮ ਹੁੰਦੀ ਹੈ ਡਾਊਨਲੋਡ ਕਰਨ 'ਚ, ਉਹਨਾਂ ਵਾਸਤੇ। ਤਾਂ ਆਹ ਸਭ ਤੋਂ ਪਹਿਲਾਂ ਤੁਸੀਂ ਲੌਗਇਨ ਵਾਲੇ ਪੇਜ ਤੇ ਆ ਜਾਣਾ। ਇੱਥੋਂ ਵੀ ਲੌਗਇਨ ਤੁਸੀਂ ਕਰੋਗੇ ਤਾਂ ਆਹੀ ਪੇਜ ਤੇ ਜਾਓਗੇ। ਆ ਲੌਗਇਨ ਕਰੋਗੇ, ਐਪਲੀਕੇਸ਼ਨ ਨੰਬਰ ਤੇ ਪਾਸਵਰਡ ਆ ਗਿਆ, ਤੇ ਇੱਥੇ ਲੌਗਇਨ ਕਰਨਾ ਹੁਣ ਆਪਾਂ। ਲੌਗਇਨ ਕਰਕੇ ਤੁਸੀਂ ਆਪਣੀ ਆਈਡੀ 'ਚ ਆ ਗਏ, ਠੀਕ ਹੈ। ਨਾਮ ਤੁਹਾਡਾ ਡਿਸਪਲੇ ਹੋਊਗਾ, ਚੈੱਕ ਕਰ ਲਿਓ ਤਾਂ ਵੀ ਤੁਹਾਡੀ ਉਹ ਆਈਡੀ ਹੈ। ਉਸ ਤੋਂ ਬਾਅਦ ਆਪਾਂ ਇੱਥੇ ਕਾਂਸਟੇਬਲ ਵਾਲੇ ਸੈਕਸ਼ਨ 'ਚ ਚਲੇ ਜਾਣਾ। ਕਾਂਸਟੇਬਲ ਵਾਲੇ ਸੈਕਸ਼ਨ 'ਚ ਜਾਣ ਤੋਂ ਬਾਅਦ ਫਿਰ ਆਪਾਂ ਐਡਿਟ ਐਂਡ ਵਿਊ ਵਾਲੇ ਆਪਸ਼ਨ ਤੇ ਕਲਿੱਕ ਕਰਾਂਗੇ, ਠੀਕ ਹੈ ਜੀ। ਐਡਿਟ ਐਂਡ ਵਿਊ ਵਾਲੇ ਆਪਸ਼ਨ ਤੋਂ ਬਾਅਦ ਇੱਥੇ ਦੇਖ ਸਕਦੇ ਹੋ ਤੁਸੀਂ ਕੁਐਸਚਨ ਪੇਪਰ ਤੇ ਇੱਧਰ ਓਬਜੈਕਸ਼ਨ ਫਾਰਮ। ਸਭ ਤੋਂ ਪਹਿਲਾਂ ਆਪਾਂ ਕੁਐਸਚਨ ਪੇਪਰ ਚੈੱਕ ਕਰ ਲੈਂਦੇ ਹਾਂ। ਕੁਐਸਚਨ ਪੇਪਰ 'ਚ ਦੇਖੋ ਤੁਸੀਂ, ਇਹ ਸਾਰਿਆਂ ਦੇ ਕੁਐਸਚਨ ਪੇਪਰ ਲੱਗੇ ਹੋਏ ਨੇ 26 ਤੋਂ ਲੈ ਕੇ ਸੋਰੀ 25 ਤੋਂ ਲੈ ਕੇ 26 ਤੱਕ। 25 ਤਰੀਕ ਨੂੰ ਆਪਣੇ ਦੋ ਸ਼ਿਫਟਾਂ 'ਚ ਐਗਜ਼ਾਮ ਹੋਏ ਨੇ ਨਾ, ਇੱਕ ਸ਼ਿਫਟ 'ਚ 4 ਸੈੱਟ ਸੀਗੇ। ਤਾਂ ਸਾਰੇ ਆਪਣੇ ਆਪਣੇ ਸੈੱਟ ਮਿਲਾ ਕੇ ਇੱਥੇ ਚੈੱਕ ਕਰ ਲਿਓ। ਦੇਖ ਸਕਦੇ ਹੋ ਤੁਸੀਂ ਸ਼ਿਫਟ 1 ਦਾ ABCD, ਠੀਕ ਹੈ ਨਾ। 4 ਆ ਹੋ ਗਏ, ਉਸ ਤੋਂ ਬਾਅਦ ਫਿਰ ਅਗਲੇ, ਫਿਰ ਉਸ ਤੋਂ ਅਗਲੇ, ਫਿਰ ਉਸ ਤੋਂ ਅਗਲੇ। 25 26 ਦੋਨਾਂ ਦਾ ਮਿਲਾ ਕੇ ਸਾਰਿਆਂ ਦੇ ਕੁਐਸਚਨ ਪੇਪਰ ਨੇ ਇੱਥੇ, ਅਤੇ ਆਂਸਰ ਕੀ ਨੇ। ਆ ਕੁਐਸਚਨ ਪੇਪਰ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਡਾ ਕੁਐਸਚਨ ਪੇਪਰ ਖੁੱਲ ਜਾਏਗਾ ਜਿਹੜੇ ਸੈੱਟ ਦਾ ਸੀਗਾ ਤੁਹਾਡਾ। ਤੁਹਾਨੂੰ ਜਿਹੜਾ ਹੈਗਾ ਆਂਸਰ ਕੀ ਜਿਹੜੀ ਹੈ ਉੱਥੋਂ ਇੱਕ ਸ਼ੀਟ ਜਿਹੜੀ ਮਿਲੀ ਹੋਏਗੀ। ਆਪਾਂ ਇੱਕ ਵਾਰੀ ਆਂਸਰ ਕੀ ਵੀ ਡਾਊਨਲੋਡ ਕਰਕੇ ਦੇਖ ਲੈਂਦੇ ਹਾਂ। ਆ ਇੱਧਰ ਆਂਸਰ ਕੀ ਹੈ ਸੇਮ ਉਹਦੀ 25 ਸਤੰਬਰ ਦੀ, ਉਹ ਆਂਸਰ ਕੀ ਹੈ 25 ਸਪਟੈਂਬਰ ਦੀ। ਇਹ ਹੋ ਗਈ ਆਂਸਰ ਕੀ, ਠੀਕ ਹੈ, ਜਿਹਦੇ ਵਿੱਚ ਸਹੀ ਆਂਸਰ ਹੈ। ਇਹ ਹੋ ਗਏ ਕੁਐਸਚਨ ਪੇਪਰ, ਅਤੇ ਜਿਹੜਾ ਜਿੱਥੇ ਆਪਾਂ ਟਿਕ ਕੀਤਾ ਵੀ ਕਿਹੜਾ ਟਿਕ ਕੀਤਾ ਹੋਇਆ ਉਹ ਤੁਹਾਨੂੰ ਉੱਥੋਂ ਮਿਲਿਆ ਹੀ ਹੋਣਾ, ਹੈ ਨਾ। ਉਹ ਇੱਕ ਜਿਹੜਾ ਬਲੂ ਕਲਰ ਵਾਲਾ ਪੇਜ ਸੀਗਾ, ਤਾਂ ਉਹ ਤੁਸੀਂ ਉਹਦੇ ਵਿੱਚ ਜਦੋਂ ਮਿਲਾ ਲੈਣੇ ਇਹਨੂੰ। ਜਿੱਦਾਂ ਕਿ ਜਿਹਦਾ DA ਪੇਪਰ ਸੀਗਾ, DA ਮਤਲਬ ਸੈੱਟ ਸੀਗਾ, ਠੀਕ ਹੈ। ਉਹਦਾ ਜਿਵੇਂ ਕੁਐਸਚਨ ਪਹਿਲਾ ਕੁਐਸਚਨ ਸੀਗਾ ਕਿ ਕੋਨਾਰਕ ਟੈਂਪਲ, ਸਨ ਟੈਂਪਲ ਜਿਹੜਾ ਕਿੱਥੇ ਹੈ, ਕੋਨਾਰਕ ਸੂਰਜ ਮੰਦਿਰ, ਤਾਂ ਇਹਦਾ ਸਹੀ ਆਂਸਰ ਤੁਹਾਨੂੰ ਪਤਾ ਉੜੀਸਾ, ਐਨਾਲਿਸਿਸ ਵਿੱਚ ਦੇਖਿਆ ਹੋਣਾ। ਅਤੇ ਤੁਸੀਂ ਆਂਸਰ ਕੀ ਦੇਖ ਸਕਦੇ ਹੋ, ਪਹਿਲਾ ਦਾ ਆਂਸਰ D, ਤਾਂ ਇਹਦਾ ਆਪਾਂ ਸਾਰੇ ਮਿਲਾ ਲੈਣੇ, ਠੀਕ ਹੈ ਜੀ। ਅਤੇ ਜਿਹੜਾ ਗ੍ਰੀਨ ਕਲਰ ਵਾਲਾ ਤੁਹਾਨੂੰ ਮਿਲਿਆ ਹੋਏਗਾ ਆਂਸਰ ਕੀ, ਜਿਹੜਾ OMR ਸ਼ੀਟ ਜਿਹੜੀ ਉੱਥੋਂ ਮਿਲੀ ਸੀ ਆਪਾਂ ਨੂੰ, 3 ਭਰੇ ਸੀ ਨਾ ਆਪਾਂ ਉੱਥੇ, 2 ਉਹਨਾਂ ਰੱਖ ਲਏ ਸੀ, ਇੱਕ ਆਪਾਂ ਨੂੰ ਦਿੱਤਾ ਸੀ, ਤਾਂ ਆਪਾਂ ਚੈੱਕ ਕਰ ਲੈਂਦੇ ਵੀ ਆਪਾਂ ਕਿਹੜੇ ਦਾ ਕਿਹੜਾ ਲਾਇਆ, ਹੈ ਨਾ। ਤਾਂ ਤੁਸੀਂ ਸਾਰੇ ਮਿਲਾ ਲਿਓ ਅਤੇ ਚੈੱਕ ਕਰਕੇ ਫਿਰ ਜਿਹੜਾ ਹੈਗਾ ਕਮੈਂਟ ਜ਼ਰੂਰ ਕਰਿਓ ਵੀ ਤੁਹਾਡੇ ਕਿੰਨੇ ਨੰਬਰ ਬਣਦੇ ਆ, ਅਤੇ ਫਿਰ ਆਪਾਂ ਜਿਹੜੀ ਐਕਸਪੈਕਟਡ ਕੱਟ ਆਫ ਇੱਕ ਹੀ ਬਣਾਵਾਂਗੇ ਇੱਕ, ਹੈ ਨਾ। ਅਤੇ ਕਮਿਊਨਿਟੀ ਪੋਸਟ ਵੀ ਪਾਵਾਂਗੇ ਆਪਾਂ ਉਹਦੀ, ਅਤੇ ਵਟਸਐਪ ਅਤੇ ਟੈਲੀਗ੍ਰਾਮ ਦਾ ਲਿੰਕ ਹੈਗਾ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ। ਡਿਸਕਸ਼ਨਸ ਵਗੈਰਾ ਵਾਸਤੇ ਤੁਸੀਂ ਵਟਸਐਪ ਦਾ ਲਿੰਕ ਜੁਆਇਨ ਕਰ ਸਕਦੇ ਹੋ, ਅਤੇ ਜੇ ਅਪਡੇਟਸ ਵਗੈਰਾ ਚਾਹੀਦੀ ਹੁੰਦੀ ਤਾਂ ਟੈਲੀਗ੍ਰਾਮ ਦਾ ਲਿੰਕ ਜੁਆਇਨ ਕਰ ਲਿਓ, ਠੀਕ ਹੈ ਜੀ। ਆਪਣੇ ਮਾਰਕਸ ਜ਼ਰੂਰ ਕਮੈਂਟ ਕਰਿਓ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਜ਼ਿਆਦਾ ਬੱਚਿਆਂ ਤੱਕ ਪਹੁੰਚ ਸਕੇ, ਅਤੇ ਜ਼ਿਆਦਾ ਤੋਂ ਜ਼ਿਆਦਾ ਮਾਰਕਸ ਰਿਸੀਵ ਹੋਣ, ਅਤੇ ਤਾਂ ਕਿ ਆਪਾਂ ਇੱਕ ਐਕਸਪੈਕਟਡ ਕੱਟ ਆਫ ਜਿਹੜੀ ਬਣਾ ਸਕੀਏ। ਅਤੇ ਇਸ ਵੀਡੀਓ ਵਿੱਚ ਇੰਨਾ ਹੀ ਸੀਗਾ ਜੀ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਹਜੇ ਤੱਕ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ।